ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਭ ਦੇ? ਹੋਪ ਸੋ ਸਾਰੇ ਵਧੀਆ ਹੋਣਗੇ। ਅੱਜ ਦੇ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਹਾਂ, ਨਵੇਂ ਦਿਨ ਦੇ ਨਾਲ ਨਵੀਂ ਵੀਡੀਓ ਲੈ ਕੇ ਤੁਹਾਡੇ ਸਭ ਦੇ ਵਿੱਚ ਹਾਜ਼ਰ ਹੋਏ ਹਾਂ। ਅਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ, ਸਭਾ ਦੇ ਦਿਨ ਚੱਲਦੇ ਪਏ, ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਸ਼ਹੀਦੀ ਸਮਾਗਮ ਹੋ ਰਹੇ ਨੇ। 26, 27, 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੀ ਸਭਾ ਵਾ, ਅਤੇ ਜਿੰਨੇ ਮੇਰੇ ਵੀਰ ਭਰਾ ਉੱਥੇ ਜਾਣਗੇ ਧਿਆਨ ਨਾਲ ਜਾਇਓ, ਧੁੰਦਾਂ ਪੈ ਰਹੀਆਂ ਨੇ, ਠੰਡ ਬਹੁਤ ਜ਼ਿਆਦਾ ਆ, ਅਤੇ ਸਾਰਾ ਕੁਛ ਆਪਣਾ ਦੇਖ ਕੇ ਚੱਲਿਓ, ਅਤੇ ਕੋਈ ਹੁੱਲੜਬਾਜ਼ੀ ਨਾ ਕਰਿਓ, ਕੋਈ ਖੱਪਖਾਨਾ ਨਾ ਕਰਿਓ। ਸ਼ਹੀਦੀ ਸਮਾਗਮ ਚੱਲਦੇ ਪਏ ਆ, ਆਪਣਾ ਸਿਰ ਝੁਕਾ ਕੇ ਮੱਥਾ ਟੇਕਿਓ, ਸਜਦੇ ਕਰਿਓ ਸ਼ਹੀਦਾਂ ਨੂੰ, ਉਹਨਾਂ ਦੇ ਚਲਾਏ ਹੋਏ ਜਿਹੜੇ ਰਸਤੇ ਉਹਨਾਂ ਚੱਲਣ ਦੀ ਟਰਾਈ ਕਰਿਓ। ਅਤੇ ਕਰਦੇ ਹਾਂ ਅੱਜ ਦੇ ਬਲੌਗ ਦੀ ਸਟਾਰਟਿੰਗ। ਚੱਲ, ਦੁਕਾਨ 'ਤੇ ਤਾਂ ਆਪਾਂ ਪਹੁੰਚ ਗਏ ਹਾਂ, ਮਿਲਦੇ ਹਾਂ ਤੁਹਾਨੂੰ ਥੋੜ੍ਹੇ ਟਾਈਮ ਤੱਕ। ਕਰ ਲਈਆਂ ਨੀਨੀਆਂ? ਓ ਫਲਫੀ, ਥੱਲੇ ਕੋਲ ਬੈਠ ਰਹੇ ਹਾਂ ਬੇਚਾਰਾ, ਇਹਨੂੰ ਵੀ ਠੰਡ ਲੱਗਦੀ ਪਈ ਆ। ਕਾਫੀ ਹੱਦ ਤੱਕ ਆਪਾਂ ਰੂਮ ਤਿਆਰ ਕਰਤਾ ਵਾ, ਫੋਮ ਆਪਾਂ ਸਾਰੀ ਜੜਤੀ ਆ। ਨੀਚੇ ਪਈ ਆ, ਬਸ ਰਹਿ ਗਈ ਤਾਂ ਜਿਹੜੀ ਮੇਰੇ ਪਿੱਛੇ ਕੰਧ ਆ, ਕੰਧ ਖੜੀ ਕਰਨੀ ਆ ਲੱਕੜ ਦੀ, ਆਪਾਂ ਫਰੇਮ ਦੀ, ਉਹੀ ਰਹਿ ਗਈ ਆ। ਬਾਕੀ ਤਾਂ ਸਾਰਾ ਕੁਛ ਆਪਾਂ ਕਰੀ ਦਿੱਤਾ ਵਾ, ਅਤੇ ਮਾੜਾ ਮੋਟਾ ਜੇ ਉੱਪਰਲੀ ਛੱਤ ਰਹਿ ਗਈ, ਉਹ ਮੰਗਲਵਾਰ ਵੀਰ ਆਊਗਾ, ਛੱਤ 'ਚ ਪਲਾਈਆਂ ਮਾਰ ਦੂਗਾ, ਅਤੇ ਉਹ ਕੰਧ ਬਣਾ ਦੂਗਾ ਮੰਗਲਵਾਰ ਜਦ ਤੱਕ। ਕੱਲ੍ਹ ਦੀ ਆਪਾਂ ਛੁੱਟੀ ਕਰਾਂਗੇ, ਕੱਲ੍ਹ ਆਪਾਂ ਫਤਿਹਗੜ੍ਹ ਸਾਹਿਬ ਜਾਣਾ ਵਾ, ਫਤਿਹਗੜ੍ਹ ਸਾਹਿਬ ਦਾ ਬਲੌਗ ਪਾਵਾਂਗੇ ਕੱਲ੍ਹ ਨੂੰ ਆਪਾਂ। ਮਾੜੀ ਮੋਟੀ ਰੱਬ ਨੇ ਸੇਵਾ ਲਾਈ ਆ ਉੱਥੇ, ਉਹ ਕਰਾਂਗੇ, ਚੱਲ ਕੇ ਤੁਹਾਨੂੰ ਵੀ ਦਿਖਾਵਾਂਗੇ। ਅਤੇ ਅੱਜ ਦਿਨ ਲਈ ਬਸ ਅਸੀਂ ਆ ਫੋਰਮ ਹੀ ਭਰੀ ਆ, ਜਿਹੜੀ ਤੁਸੀਂ ਪਿੱਛੇ ਦੇਖ ਰਹੇ ਹੋ ਫੋਰਮ ਭਰਤੀ ਆ। ਅਤੇ ਜਿਹੜਾ ਮਾੜਾ ਮੋਟਾ ਰਿਪੇਅਰ ਕਰਨ ਵਾਲਾ ਹੈਗਾ, ਆਹ ਇਹ ਰਿਪੇਅਰ ਕਰ ਦਿਆਂਗੇ। ਇਹ 'ਤੇ ਜਿਵੇਂ ਆ ਜਿਹੜਾ ਖਾਲੀ ਚੀਜ਼ ਵਿੱਚ ਛੱਡੀ ਆ, ਇਹ 'ਤੇ ਪੇਂਟ ਮਾਰ ਕੇ ਕੋਈ ਲਾਈਨਾਂ ਵਗੈਰਾ, ਸ਼ਾਇਰੀ ਵਗੈਰਾ ਜਾਂ ਗਾਣਿਆਂ ਦੀ ਲਾਈਨ ਵਗੈਰਾ ਇਹ ਕਰ ਦਿਆਂਗੇ। ਅਤੇ ਜਿੰਨੀ ਫੋਮ ਪਈ ਸੀਗੀ ਸਾਰੀ ਆਪਾਂ ਚੱਕਤੀ ਆ ਇੱਥੋਂ, ਬਸ ਇੰਨੀ ਕੁ ਰਹਿ ਗਈ ਆ, ਬਾਕੀ ਸਾਰੀ ਫੋਮ ਜੜਤੀ ਆ ਆਪਾਂ। ਦੇਖਣ ਨੂੰ ਹੀ ਵੱਧ ਲੱਗਦੀ ਸੀਗੀ ਇਹ, ਜਾਣੀ ਕਿ ਸਾਰੀ ਫੋਮ ਆਪਾਂ ਲਾਤੀ ਆ, ਬਸ ਜਿਹੜੀ ਆ ਥੱਲੇ ਪਈ ਆ ਆਹ ਰਹਿ ਗਈ ਆ। ਅਤੇ ਆਹ ਫੋਮ ਆਪਾਂ ਜਿਹੜੀ ਉਹ ਕੰਧ ਬਣੂਗੀ ਉੱਥੇ, ਉਹ ਪਿੱਛੇ ਪਏ ਆ ਨਾ ਫੱਟੇ, ਉਹ ਫਰੇਮ ਪਿਆ ਇੱਕ ਵੱਡਾ, ਉਹ ਵਾਲਾ ਫਰੇਮ, ਇਹ ਨੀਚ ਪਿਛਲੇ ਪਾਸੇ ਫੱਟੇ ਪਏ ਆ, ਇੱਧਰ ਲੱਗ ਜਾਣੇ ਆ, ਇਹਦੇ ਉੱਪਰ ਇੱਕ ਫੱਟਾ ਹੋਰ ਲੱਗ ਜਾਣਾ, ਆਪਣੀ ਕੰਧ ਤਿਆਰ ਹੋ ਜਾਣੀ ਆ। ਮੰਗਲਵਾਰ ਆਪਣਾ ਇਹ ਸਾਰਾ ਬੰਦ ਹੋ ਜਾਣਾ ਵਾ ਕਮਰਾ, ਅਤੇ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਕਿ ਆਪਾਂ ਕੀ ਕਰਨਾ ਵਾ, ਕਿਵੇਂ ਕਿਵੇਂ ਕਰਨਾ ਵਾ। ਇੱਕ ਲਾਈਨ ਬਣ ਜੂਗੀ ਜਦੋਂ ਆਪਣਾ ਕਮਰਾ ਬੰਦ ਹੋ ਗਿਆ, ਫਿਰ ਆਪਾਂ ਨੂੰ ਹਿਸਾਬ ਕਿਤਾਬ ਜਿਹਾ ਆ ਜੂਗਾ ਇੱਕ ਕਿ ਆਪਾਂ ਨੂੰ ਹੋਰ ਕੀ ਕਰਨਾ ਅੱਗੇ। ਜਾਣੀ ਕਿ ਅਗਲੇ ਹਫ਼ਤੇ ਆਪਾਂ ਸਟੂਡੀਓ ਆਪਣਾ ਪੂਰਾ ਐਨ ਤਿਆਰ ਕਰ ਦੇਣਾ ਵਾ, ਕੱਪੜਾ ਕੁਪੜਾ ਲਾ ਕੇ ਐਨ ਹਰ ਇੱਕ ਚੀਜ਼ ਲਾ ਕੇ ਸਟੂਡੀਓ ਤਿਆਰ ਕਰ ਦੇਣਾ ਵਾ ਆਪਾਂ। ਅਤੇ ਬਸ ਅੱਜ ਵੀ ਅਸੀਂ ਇੰਨਾ ਹੀ ਕੰਮ ਕੀਤਾ, ਅੱਗੇ ਦੇਖਦੇ ਦਿਨ ਦੇ ਵਿੱਚ ਆਪਾਂ ਕੀ ਕਰਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਥੋੜ੍ਹੇ ਟਾਈਮ ਤੱਕ। ਕਬੂਤਰ ਬੈਠੇ ਆ ਸਾਡੇ, ਹੁਣ ਦਾਣਾ ਪਾਉਣੇ ਆ ਇਹਨਾਂ ਨੂੰ। ਇੱਥੇ ਪਾਵਾਂਗੇ ਦਾਣਾ ਇਹਨਾਂ ਨੂੰ, ਸਾਰਾ ਖਾ ਜਾਣਾ ਇਹਨਾਂ ਨੇ ਹੁਣ। ਕਬੂਤਰ ਆ ਗਏ, ਬਸ ਹੁਣ ਇਹਨਾਂ ਨੇ ਚੋਗਾ ਚੁਗਣਾ ਰੱਜ ਕੇ ਉਰੇ। ਉਹ ਪੱਟੂ ਕੱਲਾ ਮੂਫਲੇ ਦੇ ਗਿਰ ਗਏ ਆ ਕੇ ਛਿੱਲਣਾ ਤੇ। ਸਤਿ ਸ਼੍ਰੀ ਅਕਾਲ ਜੀ, ਦੂਜੇ ਦਿਨ ਦੀ ਸਟਾਰਟਿੰਗ ਹੋ ਚੁੱਕੀ ਆ, ਚੱਲਦੇ ਹਾਂ ਦੁਕਾਨ 'ਤੇ। ਅੱਜ ਆਪਾਂ ਆਪਣੇ ਸਾਊਂਡ ਪ੍ਰੂਫ ਦੇ ਜਿਹੜਾ ਕੰਮ ਕਰਦੇ ਪਏ ਸੀ, ਕਮਰੇ ਨੂੰ ਪੂਰਾ ਕਰਨਾ ਵਾ, ਮਿਲਦੇ ਹਾਂ ਤੁਹਾਨੂੰ ਦੁਕਾਨ 'ਤੇ, ਚੱਲ ਕੇ ਦੇਖਦੇ ਹਾਂ ਕੀ ਬਣਦਾ ਅੱਜ। ਆਪਣੀ ਕਾਫੀ ਤਿਆਰੀ ਹੋ ਗਈ ਆ ਸਟੂਡੀਓ ਦੀ, ਲਾਈਟ ਨਹੀਂ ਹੈਗੀ, ਲਾਈਟ ਬੰਦ ਆ, ਬਸ ਆਈ ਇੱਕ ਲਾਈਟ ਚੱਲਦੀ ਆ, ਤੁਹਾਨੂੰ ਦਿਖਾ ਦਿੰਦਾ ਥੋੜ੍ਹੀ ਜਿਹੀ ਝਲਕ ਦੇਖਦੀ ਹੋਈ। ਜਾਣੀ ਕਿ ਕੰਧ ਲੱਗ ਗਈ ਆ ਆਪਣੀ, ਬੰਦ ਹੋ ਗਿਆ ਵਾ ਇੱਧਰੋਂ, ਬਸ ਇੱਕ ਆ ਰਹਿ ਗਿਆ ਇੰਨਾ
ਇੱਥੇ ਆ ਲਾ ਦੇਣਾ ਵਾ, ਕਟਿੰਗ ਹੋ ਗਈ ਆ ਜੀ, ਉਹ ਵੀ ਕਰ ਦੇਣਾ ਕਰ ਲਈ, ਉਹ ਗਿਰ ਗਏ ਸੀਗੇ। ਅਤੇ ਬਸ ਹੋਰ ਆਹ ਹਫ਼ਤੇ ਦਾ ਕੰਮ ਰਹਿ ਗਿਆ ਵਾ, ਅਤੇ ਤਿਆਰੀ ਪੂਰੀ ਕਰਕੇ ਤੁਹਾਨੂੰ ਜਲਦੀ ਜਲਦੀ ਮਿਲਦੇ ਹਾਂ ਤਿੰਨੇ, ਤੁਹਾਨੂੰ ਕੋਈ ਅਪਡੇਟ। ਅਤੇ ਪਹਿਲਾ ਗਾਣਾ ਹੀ ਵਧੀਆ ਕਰਾਂਗੇ, ਦੇਖਦੇ ਹਾਂ ਕਿਹੜਾ ਗਾਣਾ ਆਉਂਦਾ, ਪਹਿਲਾਂ ਕਰਾਂਗੇ ਕੋਈ ਫੋਕ ਪੁਰਾਣਾ ਸੌਂਗ ਮਾਣਕ ਮੋਣਕ ਦਾ, ਦੇਖਦੇ ਹਾਂ ਡਬਿੰਗ ਕਰਕੇ ਫਿਰ ਤੁਹਾਨੂੰ ਮਿਲਦੇ ਹਾਂ। ਪਹਿਲਾਂ ਸਟੂਡੀਓ ਤਿਆਰ ਹੋਏ, ਪਹਿਲਾਂ ਸਟੂਡੀਓ 'ਤੇ ਵਲੌਗ ਬਣਾ ਕੇ ਪਾਊਂਗਾ ਇੱਕ ਮੈਂ, ਦੇਖਦੇ ਹਾਂ ਆਹ ਕੰਪਲੀਟ ਹੋ ਜਾਵੇ ਫਿਰ ਤੁਹਾਨੂੰ ਹੋਰ ਇੱਕ ਅੱਧੀ ਵੀਡੀਓ ਬਣਾ ਕੇ ਪਾਉਂਦੇ ਹਾਂ, ਦੇਖਿਓ ਫਿਰ ਅੱਗੇ। ਠੰਡ ਹੋ ਗਈ ਆ ਬੜੀ ਜ਼ਿਆਦਾ, ਦੇਖਦੇ ਹਾਂ ਆਪਣਾ ਸਟੂਡੀਓ ਹੋ ਜੂਗਾ ਤਿਆਰ। ਆਹ ਵੀਕ ਆਪਣੀ ਪੂਰੀ ਕੋਸ਼ਿਸ਼ ਆ, ਟਰਾਈ ਆ ਕਿ ਸਟੂਡੀਓ ਆਪਣਾ ਤਿਆਰ ਹੋ ਜਾਵੇ। ਅਤੇ ਅੱਜ ਅੱਗੇ ਜਿੰਨਾ ਵੀ ਹੁਣ ਕੰਮ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿਵੇਂ ਆਪਾਂ ਜੜਦੇ ਫਰੇਮ ਚੜ੍ਹਦੇ ਪਏ ਹਾਂ। ਦੋ ਫਰੇਮ ਦਾ ਜੜਦੇ, ਇੱਕ ਫਰੇਮ ਹੋਰ ਚੜ੍ਹਨਾ, ਇੱਕ ਵਾਰ ਡੁੱਕ ਟੁੱਕ ਕਰਕੇ ਜੜ ਹੋਊਗਾ, ਉਹ ਵੀ ਚੜ੍ਹ ਦਿਆਂਗੇ ਅੱਜ। ਮਤਲਬ ਅੱਜ ਆਪਾਂ ਕੰਧ ਇੱਧਰਲੀ ਸਾਰੀ ਖੜ੍ਹੀ ਕਰ ਦੇਣੀ ਆ, ਉਹਦੇ ਵਿੱਚ ਫੋਮ ਵਗੈਰਾ ਭਰ ਦਾਂਗੇ। ਅਤੇ ਮਤਲਬ ਆਪਣੀਆਂ ਕੰਧਾਂ ਸਾਰੀਆਂ ਤਿਆਰ ਹੋਣੀਆਂ। ਛੱਤ 'ਤੇ ਇੱਕ ਅੱਧਾ ਦਿਨ ਮਿਸਤਰੀ ਫੜ ਕੇ ਆਪਾਂ ਪੇਂਟਰ ਫੜ ਕੇ ਉਹਨੂੰ ਕਹਿ ਦਾਂਗੇ, ਉਹ ਕਰਕੇ ਉੱਤੇ ਛੱਤ ਕਲਰ ਕਰ ਦੂਗਾ, ਜਿਹੜੀ ਆ ਸਪੇਸ ਰਹਿੰਦੀ ਆ ਵਿੱਚ ਕੰਧਾਂ 'ਤੇ ਉਹ ਵੀ ਕਲਰ ਹੋ ਜੂਗੀ। ਉਹ ਤੋਂ ਬਾਅਦ ਕੋਈ ਵਧੀਆ ਜਿਹਾ ਬੰਦਾ ਫੜ ਕੇ ਆਪਾਂ ਜਿਹੜਾ ਲਿਖਦਾ ਵਧੀਆ ਹੋਵੇ ਪੰਜਾਬੀ ਬ੍ਰੱਸ਼ ਨਾਲ ਪੇਂਟ ਨਾਲ ਵਧੀਆ ਵਧੀਆ ਲਾਈਨਾਂ ਕਮੈਂਟ ਕਰਕੇ ਦੱਸਿਓ ਕਿ ਆਪਾਂ ਕਿਹੜੀਆਂ ਲਿਖਵਾਈਏ। ਇੱਕ ਦੋ ਲਾਈਨਾਂ ਹੋਈਆਂ ਜਿਵੇਂ ਮੇਨ ਮੇਨ ਜੀਆਂ, ਕਿਸੇ ਗਾਣੇ ਦੀਆਂ ਲਾਈਨਾਂ ਹੋਈਆਂ ਪੁਰਾਣੇ ਦੀਆਂ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਆਪਾਂ ਨੂੰ ਉਹ ਚਾਹੀਦੀਆਂ ਨੇ, 5-7 ਲਾਈਨਾਂ ਚਾਹੀਦੀਆਂ ਨੇ, ਮਤਲਬ 5-7 ਲਾਈਨਾਂ ਚਾਹੀਦੀਆਂ ਨੇ, ਮਤਲਬ ਇਸ ਹਿਸਾਬ ਨਾਲ ਹੋਣ ਕਿ 2 ਲਾਈਨਾਂ ਦੀ 1 ਲਾਈਨ ਹੋਵੇ। ਜਿਵੇਂ ਪੁਰਾਣੇ ਕੰਧਾਂ 'ਤੇ ਇੱਕ ਓਲਡ ਫੈਸ਼ਨੇਬਲ ਬਣਿਆ ਹੁੰਦਾ ਨਾ, ਉਵੇਂ ਬਣਵਾਉਣਾ, ਤਿਆਰ ਕਰਵਾਉਣਾ ਆਪਾਂ ਵੀ, ਉਵੇਂ ਲਿਖਵਾਉਣਾ ਵਾ। ਕਮੈਂਟ ਜ਼ਰੂਰ ਕਰਿਓ ਕਿਹੜੀ ਕਿਹੜੀ ਲਾਈਨਾਂ ਆਪਾਂ ਲਿਖਵਾ ਸਕਦੇ ਹਾਂ ਪੰਜਾਬੀ 'ਚ। ਅਤੇ ਦੇਖਦੇ ਹਾਂ ਅੱਗੇ ਕੀ ਕੰਮ ਚੱਲਦਾ ਅੱਜ ਆਪਣਾ, ਦਿਖਾਉਂਦੇ ਹਾਂ ਫਿਰ ਤੁਹਾਨੂੰ ਵੀ।